ਸਮੁੱਚੀਆਂ ਸੰਗਤਾਂ ਨੂੰ ਜਿੰਨੀਆਂ ਅੱਜ ਇਸ ਤੀਸਰੇ ਸੈਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਸਾਰਿਆਂ ਨੂੰ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ ਜੀ। ਆਓ ਜੀ ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਸ਼ਨ ਜਿਹੜਾ ਤੀਸਰਾ ਸੈਸ਼ਨ ਆ, ਸਭ ਤੋਂ ਪਹਿਲਾਂ ਸੈਸ਼ਨ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਉਹ ਪੈਰਿਸ ਦੇ ਵਿਖੇ ਹੋਇਆ ਸੀ। ਸੈਕਿੰਡ UK ਦੇ ਵਿੱਚ ਡਰਬੀ ਦੇ ਵਿੱਚ ਹੋਇਆ ਸੀ। ਕੁਛ ਸਮਾਂ ਕੋਵਿਡ ਦੀ ਵਜ੍ਹਾ ਦੇ ਕਰਕੇ ਐਕਟੀਵਿਟੀ ਜਿਹੜੀ ਆ ਵਰਲਡ ਸਿੱਖ ਪਾਰਲੀਮੈਂਟ ਦੀ ਉਹ ਅੱਗੇ ਨਹੀਂ ਵੱਧ ਸਕੀ ਅਤੇ ਹੁਣ ਆਪ ਜੀ ਨੂੰ ਸਾਰਿਆਂ ਨੂੰ ਪਤਾ ਆ ਕੈਨੇਡਾ ਦੇ ਵਿੱਚ ਵੀ ਕਾਫੀ ਬੰਦਿਸ਼ਾਂ ਸੀਗੀਆਂ ਬਾਰਡਰਾਂ ਦੀਆਂ ਔਰ ਸਾਰੀਆਂ ਕੰਟਰੀਆਂ ਦੇ ਵਿੱਚ ਜਿੱਥੇ ਕੋਵਿਡ ਦੀ ਵਜ੍ਹਾ ਕਰਕੇ ਹਾਲਾਤ ਚੇਂਜ ਹੋ ਗਏ ਸੀ ਅਤੇ ਹੁਣ ਸੁਖਾਵੇਂ ਹੋਏ ਆ। ਸੋ ਇਹ ਤੀਸਰਾ ਸੈਸ਼ਨ ਜਿਹੜਾ ਆ ਅਸੀਂ ਅੱਜ ਆਪ ਸੰਗਤ ਦੇ ਸਹਿਯੋਗ ਦੇ ਨਾਲ, ਸਮੂਹ ਮੈਂਬਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਇੱਥੇ ਕੈਨੇਡਾ ਬਰੈਂਪਟਨ ਦੇ ਵਿੱਚ ਕਰ ਰਹੇ ਹਾਂ। ਸੋ ਸਾਧ ਸੰਗਤ ਜੀ ਟੋਰਾਂਟੋ ਦੇ ਵਿੱਚ ਜਿੰਨੇ ਗੁਰਦੁਆਰੇ ਸਾਹਿਬਾਨ ਆ ਉਹਨਾਂ ਦੇ ਪਤਵੰਤੇ ਮੋਹਤਵਰ ਵੀਰ ਜਥੇਬੰਦੀਆਂ ਦੇ ਆਗੂ ਉਹ ਵੀ ਪਹੁੰਚ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਅਸੀਂ ਆਪ ਜੀ ਦੇ ਨਾਲ ਸ਼ੇਅਰ ਕਰ ਸਕੀਏ। ਵਰਲਡ ਸਿੱਖ ਪਾਰਲੀਮੈਂਟ ਬਹੁਤਾਦ ਪੰਥ ਦੇ ਹਿੱਸੇ ਨੂੰ ਪਤਾ ਆ, ਸਰਬੱਤ ਖਾਲਸਾ 2015 ਦੇ ਵਿੱਚ ਆਪ ਜੀ ਨੇ ਦੇਖਿਆ ਕਿ ਸਰਬੱਤ ਖਾਲਸਾ ਜਿਹੜਾ ਸੱਦਿਆ ਗਿਆ ਸੀ ਉਸ ਸਰਬੱਤ ਖਾਲਸੇ ਦੇ ਵਿੱਚ ਮਤੇ ਪਾਸ ਹੋਏ। ਪੰਜਵਾਂ ਨੰਬਰ ਜਿਹੜਾ ਪੰਜ ਨੰਬਰ ਮਤਾ ਸੀ ਉਹਦੇ ਵਿੱਚ ਕੌਮ ਨੂੰ ਇਸ ਗੱਲ ਦੀ ਜਿਹੜੀ ਲੋੜ ਸੀ ਕਿ ਉਸ ਵੇਲੇ ਜਦੋਂ ਬਰਗਾੜੀ ਦੇ ਵਿੱਚ ਘਟਨਾਵਾਂ ਵਾਪਰੀਆਂ ਜੋ ਅੱਜ ਤੱਕ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਥਾਂ ਪਰ ਥਾਂ ਜਿਹੜੀ ਕੰਟੀਨਿਊਟੀ ਚੱਲ ਰਿਹਾ ਆ ਉਸ ਗੱਲ ਦੇ ਜਿਹੜੇ ਇਹ ਜਦੋਂ ਸਰਬੱਤ ਖਾਲਸਾ ਰੱਖਿਆ ਗਿਆ ਤਾਂ ਉਸ ਵੇਲੇ ਇਸ ਗੱਲ ਦਾ ਜਿਹੜਾ ਮਹਿਸੂਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਿ ਫਰਜ਼ ਸੀ ਕਿ ਪੰਥ ਦੇ ਪ੍ਰਚਾਰ ਦੀ ਪ੍ਰਸਾਰ ਦੀ ਗੱਲ ਕਰਨੀ ਆ, ਉਹਨਾਂ ਨੇ ਆਪਣੇ ਫਰਜ਼ ਨੂੰ ਨਹੀਂ ਪਛਾਣਿਆ। ਅੱਜ ਗਲੋਬਲੀ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਜਿਹੜਾ ਅਲੱਗ ਅਲੱਗ ਵੱਡੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਰਹਿੰਦਾ ਆ, ਜਿੱਥੇ ਸਾਡੇ ਕੌਮੀ ਘਰ ਖਾਲਿਸਤਾਨ ਦਾ ਇਸ਼ੂ ਜਿਹੜੀ ਲੜਾਈ ਪੰਥ ਲੜ ਰਿਹਾ ਆ ਉੱਥੇ ਸਾਡੀਆਂ ਗਲੋਬਲੀ ਜਿਹੜੀਆਂ ਪ੍ਰੋਬਲਮ ਉਹ ਵੀ ਵਧੀਆਂ। ਜਿਵੇਂ ਅਸੀਂ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਗਏ ਹਾਂ ਤਾਂ ਫਿਰ ਇਸ ਗੱਲ ਦੀ ਲੋੜ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਵੇ। ਸੋ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਪੰਥ ਦਾ ਜਿਹੜਾ ਸੁਪਨਾ ਸੀ ਉਹਨੂੰ ਸਾਕਾਰ ਕਰਨ ਦੇ ਵਿੱਚ ਅੱਜ ਤੁਸੀਂ ਸਾਰੇ ਮੈਂਬਰ ਸਾਹਿਬਾਨ ਜੁੜੇ ਆ। ਕੱਲ੍ਹ ਦਾ ਜਿਹੜਾ ਸੈਸ਼ਨ ਸੀਗਾ ਉਹ ਜਿਵੇਂ ਸਾਡੇ ਸੈਕਟਰੀ ਸਾਹਿਬਾਨ ਨੇ ਦੱਸਿਆ ਉਹ ਮੈਂਬਰ ਸਾਹਿਬਾਨ ਦਾ ਸੀਗਾ, ਅੱਜ ਪਬਲਿਕ ਵਾਸਤੇ ਸਾਰਿਆਂ ਵਾਸਤੇ ਜਿਹੜਾ ਓਪਨ ਰੱਖਿਆ ਗਿਆ ਆ। ਤਾਂ ਤੁਹਾਡੇ ਪਾਸ ਇੱਕ ਫੋਲਡਰ ਪਿਆ ਆ, ਇਹ ਤੁਸੀਂ ਨਾਲ ਲੈ ਕੇ ਜਾਣਾ ਜਿੰਨੇ ਵੀਰ ਸਾਡੇ ਜਿਹੜੇ ਪਤਵੰਤੇ ਵੀ ਆਏ ਆ। ਇਹਦੇ ਵਿੱਚ ਬੇਸਿਕ ਇਨਫੋਰਮੇਸ਼ਨ ਜਿਹੜੀ ਆ ਵਰਲਡ ਸਿੱਖ ਪਾਰਲੀਮੈਂਟ ਦੀ ਹੈਗੀ ਆ, ਤੁਹਾਨੂੰ ਪਤਾ ਲੱਗੇ ਕਿ 10 ਕੌਂਸਲਾਂ ਆ, ਇਹਨੂੰ ਕਿਵੇਂ ਇਹਦਾ ਸਟਰਕਚਰ ਆ, ਕਿਵੇਂ ਇਹਨੇ ਰਨ ਕਰਨਾ ਆ, ਉਹਦੇ ਵਾਸਤੇ ਜਿੱਥੇ ਅਸੀਂ ਤੁਹਾਨੂੰ ਸਾਰੇ ਜਿਹੜੇ ਕੈਨੇਡਾ ਰੀਜਨ ਦੇ ਇਸ ਖਿੱਤੇ ਦੇ ਪਤਵੰਤੇ ਆ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੀ ਹੋਪ ਆ ਜਾਂ ਇਹਦਾ ਕੰਸੈਪਟ ਹੈ ਇਹਨੂੰ ਅੰਡਰਸਟੈਂਡ ਕਰੀਏ ਅਤੇ ਇਹਨੂੰ ਦੁਨੀਆ ਦੇ ਕੋਨੇ ਕੋਨੇ ਲੈ ਕੇ ਚੱਲੀਏ। ਸਾਨੂੰ ਇਸ ਸੰਸਥਾ ਦੀ, ਇਸ ਪਲੇਟਫਾਰਮ ਦੀ ਕੌਮ ਨੂੰ ਲੋੜ ਆ ਕਿ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਅਸੀਂ ਰਹਿੰਦੇ ਹੋਏ ਕੰਟਰੀਆਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਜਿੱਥੇ ਪੋਲਸੀਆਂ ਘੜੀਆਂ ਜਾਂਦੀਆਂ ਉਹਨਾਂ ਦੇ ਨਾਲ ਰਾਬਤੇ ਕੰਮ ਕਰੇ ਜਾਣ, ਸਾਡੀ ਜਿਹੜੀ ਰੈਕੋਗਨੇਸ਼ਨ ਆ ਸਿੱਖ ਧਰਮ ਦੀ ਕੌਮ ਦੀ ਉਸ ਗੱਲ ਨੂੰ ਅਸੀਂ ਜਿਹੜੀਆਂ ਸਾਡੀਆਂ ਡਾਇਸਪੋਰਾ ਦੇ ਵਿੱਚ ਪ੍ਰੋਬਲਮਾਂ ਆ ਜਿਹੜੀਆਂ ਉਹਦੇ ਨਾਲ ਨਾਲ ਅਸੀਂ ਕੌਮੀ ਘਰ ਖਾਲਿਸਤਾਨ ਬਾਰੇ ਵੀ, ਸਿੱਖ ਧਰਮ ਬਾਰੇ ਵੀ, ਸਿੱਖੀ ਬਾਰੇ ਵੀ ਅਵੇਅਰਨੈਸ ਦੁਨੀਆ ਦੇ ਕੋਨੇ ਕੋਨੇ ਲੈ ਕੇ ਜਾਣਾ ਆ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪ ਜੀ ਜਿੰਨੇ ਸਮੂਹ ਅੱਜ ਪਤਵੰਤੇ ਜੁੜੇ ਆ ਅਤੇ ਸਮੁੱਚੇ ਸਾਡੀਆਂ ਭੈਣਾਂ, ਨੌਜਵਾਨ, ਸਾਡੇ ਵੀਰ ਸਾਰੇ, ਤੁਹਾਨੂੰ ਸਾਰਿਆਂ ਨੂੰ ਜੀਓਆਂ ਨੂੰ ਕਹਿੰਦੇ ਹਾਂ ਤੁਹਾਡਾ ਇੱਕ ਇੱਕ ਕਦਮ ਚੱਲ ਕੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਬੇਨਤੀ ਜੋ ਹੈ ਅੱਜ ਦੇ ਸੈਸ਼ਨ ਦੀ ਭਾਈ ਤੁਹਾਨੂੰ ਮਨਪ੍ਰੀਤ ਸਿੰਘ ਜੀ ਉਹਨੇ ਦੱਸਣਗੇ। ਭੁੱਲਾਂ ਚੱਕਿਆਂ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।